Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਹਾਂ ਹਾਂ, ਮੈਂ ਤਾਂ ਉਹਨਾਂ ਨੂੰ ਸਮਝਾ ਕੇ ਆਈ ਸੀ। ਇਹ ਗੱਲ ਤਾਂ ਮੈਨੂੰ ਵੀ ਨਹੀਂ ਸੀ ਪਤਾ। ਪਤਾ ਕੀ ਹੁੰਦਾ ਹੈ, ਦੇਵਨਜੀਤ ਆਪ ਤਾਂ ਕਿਸੇ ਨੂੰ ਕ੍ਰੈਡਿਟ ਦਿੰਦੇ ਨੇ, ਆਪ ਤਾਂ ਸਾਰਿਆਂ ਨੂੰ ਸਲਾਹ ਮਸ਼ਵਰਾ ਦਿੰਦੇ ਰਹਿੰਦੇ ਨੇ, ਹੁਣ ਆਪ ਕਿਸ ਨੂੰ ਕਹਿਣ ਕਿ ਉਹਨਾਂ ਨੂੰ ਵੀ ਸਲਾਹ ਮਸ਼ਵਰੇ ਦੀ ਲੋੜ ਹੈ। ਜੇ ਆਪ ਪੁੱਛਣਗੇ ਤਾਂ ਉਹਨਾਂ ਦੀ ਸ਼ਾਨ ਨਹੀਂ ਘੱਟ ਜਾਏਗੀ। ਪਰ ਛੱਡੋ, ਸਾਨੂੰ ਕੀ, ਮੇਰੇ ਹਿਸਾਬ ਨਾਲ ਸਾਰਿਆਂ ਨੂੰ ਖੁਸ਼ ਰਹਿਣਾ ਚਾਹੀਦਾ, ਭਾਵੇਂ ਉਹ ਜਾਤ, ਧਰਮ, ਰੰਗ ਕੁਝ ਵੀ ਹੋਵੇ। ਤੇ ਦੇਵਨਜੀਤ ਨੂੰ ਤਾਂ ਕੁਝ ਜ਼ਿਆਦਾ ਹੀ। ਮੈਂ ਤਾਂ ਬਾਬਾ ਜੀ ਤੋਂ ਇਹੀ ਮੰਗਦੀ ਹਾਂ ਕਿ ਉਹਨਾਂ ਨੂੰ ਬਹੁਤ ਖੁਸ਼ੀਆਂ ਦੇਣ। ਹੁਣ ਇਹਨਾਂ ਨੂੰ ਕੀ ਦੱਸਾਂ ਕਿ ਅਸਲੀ ਦੁਆਵਾਂ ਦੀ ਲੋੜ ਤਾਂ ਉਸ ਕੁੜੀ ਨੂੰ ਹੈ ਜਿਹੜੀ ਦੇਵਨਜੀਤ ਦੀ ਵੋਟੀ ਬਣਨ ਵਾਲੀ ਹੈ। Attention, attention, attention. ਅੱਜ ਦੀ ਸੁਨਹਿਰੀ ਸ਼ਾਮ ਉਸ ਕੁੜੀ ਦੇ ਨਾਲ, ਜਿਸ ਕੁੜੀ ਦਾ ਨਾਮ ਜਾਣਨ ਲਈ ਸਾਨੂੰ ਸਾਰਿਆਂ ਨੂੰ ਹੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਤੇ ਮੈਂ ਅੱਜ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਜ਼ਿਆਦਾ ਖੁਸ਼ ਹਾਂ ਕਿ ਫਾਈਨਲੀ ਡੀਜੇ ਨੇ ਇਹ ਫੈਸਲਾ ਲਿਆ ਅਤੇ ਆਪਣੀ ਪਸੰਦ ਨਾਲ ਆਪਣੇ ਲਈ ਅਤੇ ਇਸ ਘਰ ਦੇ ਲਈ ਉਸ ਕੁੜੀ ਨੂੰ ਚੁਣਿਆ। ਸੋ ਹੁਣ ਟਾਈਮ ਆ ਗਿਆ ਤੁਹਾਨੂੰ ਸਾਰਿਆਂ ਨੂੰ ਉਸ ਕੁੜੀ ਦੇ ਨਾਲ ਮਿਲਵਾਉਣ ਦਾ। ਉਸ ਕੁੜੀ ਨਾਲ ਮਿਲਵਾਉਣ ਦਾ, ਇਸਦਾ ਮਤਲਬ ਉਹ ਕੁੜੀ ਅਵਨੀਤ ਨਹੀਂ ਹੈ? ਫਿਰ ਕੌਣ ਹੋ ਸਕਦੀ ਹੈ ਉਹ ਕੁੜੀ? ਭਾਵੇਂ ਪੰਜਾਬ ਦੀ ਸਭ ਤੋਂ ਛੋਟੀ ਸੱਸ ਹੋਵੇਗੀ, ਮਗਰ ਉਹਦੇ ਮੋਢਿਆਂ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਪੈਣ ਲੱਗੀ ਹੈ, ਤੇ ਉਹ ਹੈ ਜਵਨ ਦਾ ਖਾਨਦਾਨ ਦੀ ਜ਼ਿੰਮੇਵਾਰੀ। ਹੁਣ ਜ਼ਿਆਦਾ ਵੇਟ ਨਾ ਕਰਵਾਉਂਦੇ ਹੋਏ ਵੈਲਕਮ ਕਰਦੇ ਆ ਪੰਜਾਬ ਦੀ ਸਭ ਤੋਂ ਛੋਟੀ ਸੱਸ ਤੇ ਹੋਣ ਵਾਲੀ ਮਿਸਿਸ ਦਿਲਜੀਤ ਜਵਨ ਦਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।